ਸੋ ਦੋਸਤੋ ਇਹ ਜਿਹੜਾ ਤੁਸੀਂ ਝੋਨਾ ਦੇਖ ਰਹੇ ਹੋ ਇਹ ਬਸ 골ਡਨ ਹੋ ਰਿਹਾ ਏ ਔਰ 골ਡਨ ਹੁੰਦੇ ਸਾਰੀ ਇਹਦੀ ਕਟਾਈ ਕਰ ਲਈਤੀ ਜਾਏਗੀ ਇਹ ਝੋਨਾ ਹੁਣ ਇਹਨਾਂ ਖੇਤਾਂ ਦੇ ਵਿੱਚ ਥੋੜੇ ਦਿਨ ਦਾ ਮਹਿਮਾਨ ਏ ਇਹ ਚਲਾ ਜਾਏਗਾ ਤੇ ਕਿੱਥੇ ਜਾਏਗਾ ਮੰਡੀਆਂ ਤੋਂ ਹੁੰਦਾ ਹੋਇਆ ਕਿਤੇ ਨਾ ਕਿਤੇ ਜਾ ਕੇ ਕਿਸੇ ਨਾ ਕਿਸੇ ਦੇ ਮੂੰਹ ਦੇ ਵਿੱਚ ਪਏਗਾ ਤੇ ਕਿੰਨਾ ਸਫਰ ਹੰਢਾ ਕੇ ਆਇਆ ਇਹ ਇੱਕ ਬੀਜ ਤੋਂ ਫਿਰ ਦੁਬਾਰਾ ਬੀਜ ਹੋਣ ਦੀ ਯਾਤਰਾ। ਇਹੀ ਜ਼ਿੰਦਗੀ ਹੈ। ਵੀ ਉਸ ਬੀਜ ਦੇ ਵਿੱਚ ਹੀ ਸਾਰਾ ਬ੍ਰਹਮੰਡ ਹੈ। ਤਾਂ ਇਹ ਕੁਝ ਜ਼ਿੰਦਗੀ ਦੇ ਇੰਪੋਰਟੈਂਟ ਲੈਸਨਸ ਨੇ। ਇੱਕ ਰੋਡ ਤੋਂ ਕ੍ਰਾਸ ਕਰਦੇ ਹੋਏ ਅਸੀਂ ਰੋਡ ਨੂੰ ਬਹੁਤ ਛੋਟੇ ਲੈਵਲ ਤੱਕ ਦੇਖਦੇ ਹਾਂ ਜਿੱਥੇ ਤੱਕ ਸਾਡੀ ਨਿਗਾਹ ਜਾਂਦੀ ਹੈ ਉੱਥੇ ਤੱਕ। ਵੱਡ ਜਗਵਾਰ ਕੀਤਾ ਜਾਏ ਤਾਂ ਉਹਦੇ ਨਾਲ ਕੁਝ ਲੈਫਟ ਆਏਗਾ, ਕੁਝ ਰਾਈਟ ਆਏਗਾ, ਚਲਦਾ ਰਹੇਗਾ। ਕਦੀ ਡੰਪ ਵੀ ਆਣਗੇ ਤੇ ਕਦੀ ਰੈਸਟਰਾ ਵੀ ਆਏਗਾ। ਓਕੇ। ਤਾਂ ਲਾਈਫ ਇਦਾਂ ਹੀ ਹਸੀਨ ਹੁੰਦੀ ਏ ਕੱਲੀ ਇੱਕ ਤੋਏ ਦੇ ਵਿੱਚ ਸੀਮਤ ਨਹੀਂ ਗੌਰ ਕਰੋ ਇਸ ਚੀਜ਼ ਨੂੰ ਇਸ ਸਫਰ ਨੂੰ ਪੜੋ ਦਾਣਿਆਂ ਦੇ ਸਫਰ ਨੂੰ ਪੜੋ ਬਾਏ ਬਾਏ